ਹਾਂਜੀ ਸਤਿ ਸ੍ਰੀ ਅਕਾਲ ਜੀ ਆਜੋ ਕੁੜੀਓ ਤੁਹਾਨੂੰ ਇੱਕ ਆਪਾਂ ਸਪੈਸ਼ਲ ਚੀਜ਼ ਬਣਾਉਣੀ ਸिखਾਈਏ ਬਹੁਤ ਵਧੀਆ ਜਿਹੜੀ ਕਿ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ ਅਗਰ ਤੁਸੀਂ ਸਵੇਰੇ ਸਵੇਰੇ ਪ੍ਰੋਟੀਨ ਹੈਵੀ ਵਾਲਾ ਮਤਲਬ ਜ਼ਿਆਦਾ ਪ੍ਰੋਟੀਨ ਵਾਲਾ ਨਾਸ਼ਤਾ ਕਰਦੇ ਹੋ ਤਾਂ ਤੁਹਾਡਾ ਮਟਾਪਾ ਵੀ ਛੇਤੀ ਘਟੂਗਾ ਇਹਦੇ ਨਾਲ ਮਟਾਪੇ ਨੂੰ ਬਹੁਤ ਫਰਕ ਪੈਂਦਾ ਤੁਸੀਂ ਮਤਲਬ ਕਿ ਹਫਤੇ ਦੇ ਵਿੱਚ ਦੋ ਵਾਰ ਤਾਂ ਇਹ ਜ਼ਰੂਰ ਬਣਾ ਕੇ ਸਵੇਰੇ ਸਵੇਰੇ ਇਹਦਾ ਨਾਸ਼ਤਾ ਕਰਿਆ ਕਰੋ ਠੀਕ ਹੈ ਤਾਂ ਆਪਾਂ ਕੀ ਕਰਨਾ ਹੈਗਾ ਜੀ ਆਹ ਮੇਰੇ ਕੋਲੇ ਗੋਭੀ ਪਈ ਸੀ ਪੇਠਾ ਸੀ ਤੇ ਆਪਣੇ ਕੋਲੇ ਅਸੀਂ Shimla mirch ਤੇ ਆ ਚੱਕਿਆ ਆਪਾਂ ਕद्दूकश ਤੇ ਆਪਾਂ ਕੀ ਕਰਨਾ ਇਹਨਾਂ ਨੂੰ ਸਾਰੀਆਂ ਤਿੰਨੇ ਚੀਜ਼ਾਂ ਨੂੰ ਕद्दूकश ਕਰ ਲੈਣਾ ਇਹਦੇ ਵਿੱਚ ਮਤਲਬ ਜਿਹੜਾ ਪੇਠਾ ਲੀਵਰ ਨੂੰ ਬਹੁਤ ਸਹੀ ਰੱਖਦਾ ਆਪਾਂ ਇਹਨਾਂ ਨੂੰ ਕद्दूकश ਕਰ ਲਿਆ ਗੋਭੀ ਕद्दूकश ਕਰ ਲਈ Shimla mirch ਕद्दूकश ਕਰ ਲਈ ਤੇ ਆਪਾਂ ਪੇਠਾ ਕद्दूकश ਕਰ ਲਿਆ ਠੀਕ ਆ ਆ ਲਾ ਲਿਆ ਉੱਤੋਂ ਇਹਨੂੰ ਇਹ ਨਾਲ ਹੋਰ ਚੰਬੜ ਜਾਂਦਾ ਬਾਹਲਾ ਚੰਬੜ ਜਾਂਦਾ ਭਾਈ ਕद्दू ਦੇ ਕद्दूकश ਦੇ ਨਾਲ ਇਹ ਆ ਜਿਹੜਾ ਪੇਠਾ ਹੁੰਦਾ ਹੈਗਾ ਕੋਈ ਹੋਵੇ ਚੀਜ਼ ਚਿੰਬੜੀ ਜਾਂਦੀ ਹੈਗੀ ਆ ਚਲੋ ਕੋਈ ਨਹੀਂ ਤਾਂ ਧੋ ਲਾਂਗੇ ਆਪਾਂ ਹੁਣ ਆਪਾਂ ਕੀ ਕਰਨਾ ਹੈਗਾ ਫਰਾਈਪੈਨ ਰੱਖਿਆ ਇਹਦੇ ਚ ਥੋੜਾ ਜਿਹਾ ਤੇਲ ਪਾਉਣਾ ਬਹੁਤ ਵਧੀਆ ਚੀਜ਼ ਬਣੂਗੀ ਬੱਚਿਆਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਤੁਸੀਂ ਖੁਦ ਵੀ ਖਾ ਸਕਦੇ ਹੋ ਨਾਸ਼ਤਾ ਕਰ ਸਕਦੇ ਹੋ ਇਹਦਾ ਠੀਕ ਹੈ ਨਾ ਤੇ ਆ ਦੇਖੋ ਤੁਸੀਂ ਆਪਾਂ ਹੁਣ ਇਹਦੇ ਵਿੱਚ ਪਾ ਲਿਆ ਨਾਰੀਅਲ ਦਾ ਤੇਲ ਥੋੜਾ ਜਿਹਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਹੈਗਾ ਇਹਦੇ ਵਿੱਚ ਆਪਾਂ ਕੀ ਪਾਉਣਾ ਥੋੜੀ ਜੀ ਆਪਾਂ ਰਾਈ ਪਾਵਾਂਗੇ ਮਮੂਲੀ ਜੀ ਜਾਨੀ ਕਿ ਚਮਚਾ ਕਰਾਈਦਾ ਹੋ ਗਿਆ ਤੇ ਵਿੱਚ ਚੱਕ ਕੇ ਆਪਾਂ ਪਾ ਦਾਂਗੇ ਜਿਹੜੀਆਂ ਆ ਆਪਾਂ ਸਬਜ਼ੀਆਂ ਕੱਦੂਕਸ਼ ਕੀਤੀਆਂ ਸੀਗੀਆਂ ਠੀਕ ਹੈ ਜੀ ਆਪਾਂ ਇਹ ਸਬਜ਼ੀਆਂ ਪਾਤੀਆਂ ਸਾਰੀਆਂ ਵਿੱਚ ਆ ਸ਼ਿਮਲਾ ਮਿਰਚ ਪਾਤੀ ਐ ਚ ਪਿਆਜ਼ ਨਹੀਂ ਪਾਇਆ ਹੈਗਾ ਤੇ ਆ ਪਾਤਾ ਫਿਰ ਸਮਾਨ ਜਾਂ ਬਾਲਾ ਹੋ ਜਾਂਦਾ ਲੋਟ ਨਹੀਂ ਆਉਂਦਾ ਸੀਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪਿਆਜ਼ ਦੀ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਸਾਰਾ ਸਮਾਨ ਪਾਤਾ ਤੇ ਹੁਣ ਆਪਾਂ ਇਹਦੇ ਵਿੱਚ ਮਸੱਦ ਮਾਰ ਦੇਣਾ ਤੇ ਆ ਦੇਖੋ ਤੁਸੀਂ ਇਹ ਵਧੀਆ ਬਣ ਜੂਗਾ ਆ ਦੇਖੋ ਤੁਸੀਂ ਵਧੀਆ ਤਿਆਰ ਹੋਣ ਲੱਗ ਗਿਆ ਇਹ ਇਹਨੇ ਮਿਕਸ ਹੋ ਜਾਣਾ ਵਧੀਆ ਇਹਦੇ ਚ ਆਪਾਂ ਮਿਰਚਾਂ ਨਹੀਂ ਜ਼ਿਆਦਾ ਪਾਉਣੀਆਂ ਬੱਚੇ ਨਹੀਂ ਖਾ ਸਕਦੇ ਨਾ ਮਿਰਚਾਂ ਤਾਂ ਕਰਕੇ ਇਹਦੇ ਚ ਮਿਰਚ ਘੱਟ ਪਾਉਣੀ ਹੈਗੀ ਐ ਇਹ ਪੇਠੇ ਨਾਲ ਜ਼ਿਆਦਾ ਟੇਸਟੀ ਬਣਦਾ ਇਸੇ ਕਰਕੇ ਮੈਂ ਪੇਠਾ ਪਾਇਆ ਮੇਰੇ ਕੋਲ ਪਿਆ ਸੀ ਥੋੜਾ ਜਿਹਾ ਕੁਦਰਤੀ ਮੈਂ ਕਿਹਾ ਚਲੋ ਅੱਜ ਤਾਂ ਗੱਲ ਬਣ ਗਈ ਆਪਣੇ ਕੋਲੇ ਪਿਆ ਵੀ ਹੈਗਾ ਵੈਸੇ ਪੇਠੇ ਨਾਲ ਜ਼ਿਆਦਾ ਟੇਸਟੀ ਬਣਦਾ ਹੈਗਾ ਇਹ ਠੀਕ ਹੈ ਜੀ ਆਪਾਂ ਹੁਣ ਇਹਦੇ ਵਿੱਚ ਤਾਂ ਥੋੜਾ ਥੋੜਾ ਕੀ ਕਰਨਾ ਹੈਗਾ ਨਮਕ ਮਿਰਚ ਪਾ ਦਰਾਂ ਮਿਰਚ ਜ਼ਿਆਦਾ ਨਹੀਂ ਪਾਉਣੀ ਬਿਲਕੁਲ ਹੀ ਬੇਮਲੂਮੀ ਜੀ ਜਾਨੀ ਕਿ ਨਾ ਜਾ ਕਰਨਾ ਹੈਗਾ ਮਿਰਚ ਦਾ ਠੀਕ ਹੈ ਆਪਾਂ ਨਮਕ ਪਾਤਾ ਇਹਦੇ ਵਿੱਚ ਤੇ ਨਮਕ ਆਪ ਆਪ ਦੇ ਹਿਸਾਬ ਨਾਲ ਪਾਉਣਾ ਵੀ ਜਿੰਨਾ ਕਾਪਾ ਨੂੰ ਸੁਆਦ ਲੱਗੇ ਵੀ ਜਾਨੀ ਜ਼ਿਆਦਾ ਨਾ ਹੋਵੇ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਬੇਮਲੂਮੀ ਜੀ ਆਪਾਂ ਪਾਤੀ ਮਿਰਚ ਥੋੜੀ ਜੀ ਪਾਉਣੀ ਹੈਗੀ ਆ ਮਿਰਚਾਂ ਮੈਂ ਘਰੇ ਰਗੜ ਕੇ ਰੱਖਦੀ ਹੁੰਦੀ ਆ ਆ ਮਿਰਚਾਂ ਪਾਤੀਆਂ ਤੇ ਜ਼ਿਆਦਾ ਨਹੀਂ ਪਾਈਆਂ ਹੈਗੀਆਂ ਜੀ ਆ ਥੋੜਾ ਜਿਹਾ ਮੈਂ ਅਦਰਕ ਪਾਊਡਰ ਪਾਤਾ ਇਹਦੇ ਨਾਲ ਇਹ ਠੀਕ ਰਹੂਗਾ ਜਾਨੀ ਕੀ ਮਤਲਬ ਕਿ ਵਧੀਆ ਬਣ ਜਾਂਦਾ ਟੇਸਟ ਇਹਦਾ ਆ ਅਦਰਕ ਪਾਊਡਰ ਪਾਤਾ ਆਪਾਂ ਵਿੱਚ ਇਹਦੇ ਆ ਦੇਖੋ ਤੁਸੀਂ ਹੁਣ ਇਹਨੂੰ ਆਪਾਂ ਰਲਾ ਦੇਣਾ ਰਲਾ ਕੇ ਤੇ ਇਹਨੂੰ ਆਪਾਂ ਵਧੀਆ ਬਣਾ ਲੈਣਾ ਅੱਗੇ ਦੇਖੋ ਤੁਸੀਂ ਕਿੰਨੀ ਵਧੀਆ ਚੀਜ਼ ਬਣਦੀ ਹੈ ਕੁੜੀਓ ਬਣਾਇਆ ਕਰੋ ਹੋਰ ਵੀ ਸਬਜ਼ੀਆਂ ਪੈ ਜਾਂਦੀਆਂ ਇਹਦੇ ਵਿੱਚ ਜਿਹੜੇ ਮਟਰ ਹੁੰਦੇ ਨੇ ਉਹ ਥੋੜੇ ਜਿਹਾ ਕੁੱਟ ਕੇ ਪੈ ਜਾਂਦੇ ਨੇ ਜਿਵੇਂ ਕੁੰਡੀ ਛੋਟੇ ਚ ਆਪਾਂ ਕੁੱਟ ਲੇ ਕੁੱਟ ਕੇ ਦਰੜ ਫਰੜ ਜੇ ਕਰਕੇ ਪਾ ਦਿਓ ਉਹਦੇ ਵਿੱਚ ਤਾਂ ਬਾਹਲੇ ਬਰੀਕ ਹੋ ਜਾਂਦੇ ਨੇ ਇਹ ਮਿਕਸੀ ਦੇ ਵਿੱਚ ਤਾਂ ਆਹ ਦੇਖੋ ਤੁਸੀਂ ਇਹ ਐ ਤਿਆਰ ਹੋ ਗਈ ਵਿੱਚ ਥੋੜਾ ਜਿਹਾ ਆਪਣੇ ਕੋਲੇ ਪਿਆ ਸੀਗਾ ਪਨੀਰ ਮੈਂ ਵਿੱਚ ਥੋੜਾ ਜਿਹਾ ਪਨੀਰ ਪਾ ਲਿਆ ਇਹਦੇ ਵਿੱਚ ਥੋੜਾ ਜਿਹਾ ਕਦੂਕਸ ਕਰਕੇ ਥੋੜਾ ਜਿਹਾ ਪਿਆ ਸੀਗਾ ਮੈਂ ਖਚਲ ਇੰਨੇ ਨਾਲ ਇਹ ਨਾ ਸੈਟ ਜੇ ਹੋ ਜਾਊਗਾ ਜਾਮ ਜੇ ਹੋਣ ਲੱਗ ਜਾਊਗਾ ਵਧੀਆ ਬਣ ਜਾਊਗਾ ਠੀਕ ਹੈ ਦੂਜੇ ਪਾਸੇ ਆਪਾਂ ਫਰਾਈਪੈਨ ਰੱਖ ਕੇ ਆਪਾਂ ਬ੍ਰੈਡ ਗਰਮ ਕਰਨੇ ਆ ਠੀਕ ਹੈ ਆਪਾਂ ਅਸੀਂ ਹੁਣ ਹੈਗੇ ਆ ਦੋ ਜਣੇ ਤੇ ਮੈਂ ਰੱਖੇ ਨੇ ਇਹਦੇ ਵਿੱਚ ਤਿੰਨ ਬ੍ਰੈਡ ਤਿੰਨ ਬ੍ਰੈਡ ਰੱਖਦੀਆਂ ਜੀ ਮੈਂ ਇਹਦੇ ਵਿੱਚ ਦੋ ਡਾਕਟਰ ਸਾਬ ਖਾ ਇੱਕ ਮੈਂ ਖਾ ਲੂੰਗੀ ਇਹਨੂੰ ਤੇ ਚਲੋ ਜੀ ਆਪਾਂ ਤੁਹਾਨੂੰ ਦੱਸ ਦੇਣੀ ਆਪਾਂ ਇਹ ਕਿਵੇਂ ਤਿਆਰ ਕਰਨੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਇਹਦੇ ਵਿੱਚ ਰਾੜ ਲਓ ਦੋਨੇ ਪਾਸਿਆਂ ਤੋਂ ਤੇ ਬਹੁਤ ਵਧੀਆ ਬਣ ਜਾਂਦੇ ਨੇ ਇਹ কুরਮਰੇ কুরਮਰੇ ਜੇ ਜਾਨੀ ਕੀ ਕਰੜੇ ਕਰੜੇ ਜੇ ਜਦੋਂ ਵਧੀਆ ਬਣ ਜਾਣਗੇ ਉਹਦੇ ਟੇਸਟੀ ਬਹੁਤ ਲੱਗਣਗੇ ਬੱਚਾ ਨੂੰ ਆਪਾਂ ਟਿਫਨ 'ਚ ਵੀ ਬੇਟਾ ਦੇ ਸਕਦੇ ਆ ਤੇ ਆਪਾਂ ਆਪ ਵੀ ਖਾ ਸਕਦੇ ਆ ਠੀਕ ਆ ਨਾ ਤੇ ਇਹ ਚੀਜ਼ਾਂ ਜਿਹੜੀਆਂ ਬਚੀਆਂ ਖੁਚੀਆਂ ਹੁੰਦੀਆਂ ਉਹ ਤੁਸੀਂ ਕਦੂਕਸ ਕਰ ਲਿਆ ਕਰੋ ਕੁੜੀਓ ਪਾ ਲਿਆ ਕਰੋ ਪ੍ਰੋਟੀਨ ਜਿਆਦਾ ਹੁੰਦਾ ਤਾਕਤ ਕਰਦੇ ਨਾਲੇ ਮਟਾਪਾ ਘਟਾਉਂਦੇ ਆ ਤੇ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਰੱਖ ਕੇ ਉਹ ਜਿਹੜਾ ਆਪਾਂ ਤਿਆਰ ਕੀਤਾ ਵਿੱਚੇ ਪਨੀਰ ਪਾਇਆ ਹੋਇਆ ਇਹਨਾਂ ਦਾ ਮਿਕਸਚਰ ਜਾਂ ਤਿਆਰ ਹੋ ਗਿਆ ਆਪਣਾ ਵਧੀਆ ਉਹ ਸੁੱਕਾ ਸੁੱਕਾ ਕਿਉਂਕਿ ਆਪਾਂ ਇਹਦੇ ਵਿੱਚ ਤੇਲ ਕਿਉਂ ਵੀ ਘੱਟ ਪਾਇਆ ਹੋਇਆ ਜ਼ਿਆਦਾ ਨਹੀਂ ਪਾਇਆ ਤੇ ਇਹਨਾਂ ਨਾਲ ਇਹ ਟੇਸਟੀ ਬਣ ਜਾਂਦਾ ਹੈਗਾ ਯਾਨੀ ਕਿ ਥੋੜਾ ਜਿਹਾ ਤੇਲ ਤਾਂ ਆਪਾਂ ਨੂੰ ਪਾਉਣਾ ਹੀ ਪੈਂਦਾ ਤੇ ਦੂਜੇ ਪਾਸੇ ਆਪਣੇ ਬਰੈਡ ਵੀ ਤਿਆਰ ਹੋ ਗਏ ਮੈਂ ਦਿਖਾਉਣੀ ਆ ਤੁਹਾਨੂੰ ਆ ਦੇਖੋ ਆਪਣੇ ਬਰੈਡ ਵਧੀਆ ਤਿਆਰ ਹੋ ਗਏ ਉਹਨੇ ਜਿੰਨਾ ਚਿਰ ਆਪਾਂ ਉਹਨੂੰ ਟੱਕ ਰੱਖਿਆ ਉਹਨੇ ਚਿਰ ਚ ਉਹਨੂੰ ਥੋੜਾ ਜਿਹਾ ਮਸਾਲਾ ਵਿੱਚ ਉਹਦੇ ਰਚ ਜੂਗਾ ਤੇ ਉਹ ਵਧੀਆ ਤਿਆਰ ਹੋ ਜਾਊਗਾ ਠੀਕ ਹੈ ਨਾ ਤੇ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਰਾੜ ਕੇ ਦੋਨੇ ਪਾਸਿਆਂ ਤੋਂ ਤੇ ਆਪਾਂ ਰੱਖ ਲੈਣੇ ਆ ਜੀ ਇਹ ਪਲੇਟ ਦੇ ਵਿੱਚ ਆ ਦੇਖੋ ਤੁਸੀਂ ਵਧੀਆ ਬਣ ਗਏ ਬਹੁਤ ਸੋਹਣੀ ਚੀਜ਼ ਬਣ ਜਾਂਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਹੈਗਾ ਕਰੜੇ ਕਰੜੇ ਹੋਗੇ ਥਲ ਦਿਆਂਗੇ ਥੋੜੇ ਜਿ ਥਲ ਪਥਲ ਜੀ ਕਰਕੇ ਆਪਾਂ ਇਹਨਾਂ ਨੂੰ ਤਿਆਰ ਕਰ ਲਾਂਗੇ ਤੇ ਜਦੋਂ ਇਹ ਤਿਆਰ ਹੋ ਜਾਣਗੇ ਵਧੀਆ ਫਿਰ ਤੁਸੀਂ ਕਰੜੇ ਕਰੜੇ ਖਾਓ ਇਹ ਬਹੁਤ ਟੇਸਟੀ ਬਣਦੇ ਆ ਦੇਖੋ ਮੈਂ ਤੁਹਾਨੂੰ ਥਲ ਕੇ ਦਿਖਾਵਾਂ ਆ ਦੇਖੋ ਥੱਲੇ ਗਏ ਨਾ ਇਹ ਆ ਦੇਖੋ ਹੋਣ ਲੱਗ ਗਏ ਨਾ ਕਲਰ ਜਾ ਚੇਂਜ ਕਰਤਾ ਇਹਨਾਂ ਨੇ ਜਮਾਂ ਹੀ ਓਹੋ ਇੱਕ ਤਾਂ ਇਹ ਤੇਰਾ ਖੜਦੇ ਆ ਦੋ ਜੇ ਦੋ ਦੋ ਰੱਖ ਲੀਏ ਖੜਦੇ ਨਹੀਂ ਮੈਨੂੰ ਆ ਵੀ ਛੇਤੀ ਕੰਮ ਨਿਮੇੜਦੇ ਆ ਪਰ ਤੇ ਇਹ ਖੜਦੇ ਨਹੀਂ ਹੈਗੇ ਇਹਨਾਂ ਨੇ ਜਾਣਾ ਸੀਗਾ ਬਾਹਰ ਕਿਤੇ ਮੈਂ ਕਿਹਾ ਚੱਲ ਮੈਂ ਫਟਾਫਟ ਬਣਾ ਕੇ ਰਿਹਾਉਣੀ ਕਾਹਨੂੰ ਫਟਾਫਟ ਕੰਮ ਹੁੰਦਾ ਕੁੜੀਓ ਆਈ ਹੋ ਜਾਂਦਾ ਬਸ ਕੰਮ ਤਾਂ ਇਹ ਆ ਦੇਖੋ ਤੁਸੀਂ ਤਿਆਰ ਹੋ ਗਏ ਹੁਣ ਇਹ ਵਧੀਆ ਹੁਣ ਇਹ ਰੰਗ ਜਾ ਕੱਢਿਆ ਇਸ ਰੰਗ ਜੇ ਨਾਲ ਸੋਨੇ ਵੀ ਬੜੇ ਲੱਗਦੇ ਆ ਕਈ ਵਾਰੀ ਤਾਂ ਆਪਾਂ ਕੱਟ ਜੇ ਵੀ ਲੈਣੇ ਹੁੰਨੇ ਆ ਵੀ ਵਿਚਾਲਿਓ ਕੱਟ ਲੇ ਬਾਰੇ ਇਹਨਾਂ ਨੂੰ ਆ ਛੋਟੇ ਛੋਟੇ ਨੇ ਇਹ ਮੈਂ ਛੋਟੇ ਪੀਸ ਲੈ ਕੇ ਆਈ ਬਰਾਉਨ ਬਰੈਡ ਜਿਹੜੇ ਹੁੰਦੇ ਨੇ ਉਹ ਬਾਲੇ ਵੱਡੇ ਹੁੰਦੇ ਨੇ ਇਹ ਮੈਂ ਛੋਟੇ ਲੈ ਕੇ ਆਈ ਸੀਗੀ ਤਾਂ ਉਧਰੋਂ ਆਪਣਾ ਆਹ ਮਿਕਸਚਰ ਜਾਂ ਵੀ ਤਿਆਰ ਹੋ ਗਿਆ ਤੇ ਹੁਣ ਇਹਨਾਂ ਨੂੰ ਕੀ ਕਰਨਾ ਆਪਾਂ ਸਾਫ਼ ਤੇ ਰੱਖ ਲੈਣਾ ਵੱਢਣ ਦੀ ਲੋੜ ਹੀ ਨਹੀਂ ਵੈਸੇ ਤਾਂ ਵਿਚਾਲਿਓ ਕੱਟੇ ਜਾਂਦੇ ਅਗਰ ਬੱਚਿਆਂ ਦੇ ਟਿਫਨ ਚ ਪਾਉਣੇ ਹੋ ਤੁਸੀਂ ਤਾਂ ਇਹ ਕੱਟੇ ਵੀ ਜਾਂਦੇ ਨੇ ਵਿਚਾਲਿਓ ਤੇ ਉਹ ਕਾਗਜ਼ੇ ਚ ਲਵੇਟ ਕੇ ਦੇਖੀ ਨਾ ਉਹਦੇ ਚ ਪਾ ਕੇ ਤੁਸੀਂ ਦੇ ਦਿਓ ਆ ਦੇਖੋ ਤੁਸੀਂ ਆਪਾਂ ਕਰ ਲੈ ਤਿਆਰ ਤੇ ਉੱਤੇ ਇੱਕ ਇੱਕ ਰੱਖਤਾ ਟਮਾਟਰ ਦਾ ਪੀਸ ਜਾਣੇ ਕੀ ਸ਼ੋਹ ਜੀ ਤਾਂ ਆਪਾਂ ਵੀ ਉਵੇਂ ਹੀ ਬਣਾਤੀ ਗੱਲ ਕਰ ਆਪਣੇ ਵਾਲੇ ਤਾਕਤ ਵਾਲੇ ਵਾਲੇ ਹੁੰਦੇ ਨੇ ਆ ਤੁਸੀਂ ਸੈੱਟ ਕਰ ਲੋ ਸੈੱਟ ਕਰਕੇ ਵਧੀਆ ਤਿਆਰ ਕਰ ਲੋ ਖਾਓ ਇੰਜੋਏ ਕਰੋ ਤੇ ਨਾਲੇ ਆਂਟੀ ਨੂੰ ਲਾਈਕ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਠੀਕ ਹੈ ਧੰਨਵਾਦ